ਸਤਿ ਸ਼੍ਰੀ ਅਕਾਲ ਜੀ। ਅੱਜ ਸਾਡਾ ਕਸ਼ਮੀਰ ਤੋਂ ਵਿਦਾਇਗੀ ਦਾ ਦਿਨ ਹੈ। ਕਸ਼ਮੀਰ ਯਾਤਰਾ ਵਾਹਿਗੁਰੂ ਦੀ ਕਿਰਪਾ ਨਾਲ ਬਹੁਤ ਅੱਛੀ ਰਹੀ। ਕਸ਼ਮੀਰ ਨੂੰ ਅਲਵਿਦਾ ਕਹਿ ਕੇ ਏਅਰਪੋਰਟ 'ਤੇ ਪਹੁੰਚ ਗਏ ਹਾਂ ਔਰ ਏਅਰਪੋਰਟ 'ਤੇ ਪਹੁੰਚਦੇ ਸਾਰ ਮੇਰੇ ਮਨ 'ਚ ਡਾਕਟਰ ਭਾਈ ਵੀਰ ਸਿੰਘ ਨਾਲ ਅਸੀਂ ਇਹ ਜਰਨੀ ਸ਼ੁਰੂ ਕੀਤੀ ਸੀ ਅਤੇ ਉਹਨਾਂ ਦੀ ਇੱਕ ਕਵਿਤਾ ਦੇ ਕੁਝ ਬੰਦ ਮੈਨੂੰ ਨਜ਼ਰੀ ਪਏ ਨੇ। ਕਸ਼ਮੀਰ ਤੋਂ ਵਿਦਾਇਗੀ ਉਹ ਸਾਂਝੇ ਕਰ ਰਹੇ ਹਾਂ। ਸੋਹਣਿਆਂ ਤੋਂ ਜਦ ਵਿਛੜਨ ਲੱਗੀਏ ਦਿਲ ਦਲਗੀਰੀ ਖਾਵੇ, ਸੋਹਣਿਆਂ ਤੋਂ ਜਦ ਵਿਛੜਨ ਲੱਗੀਏ ਦਿਲ ਦਲਗੀਰੀ ਖਾਵੇ, ਪਰ ਤੇਥੋਂ ਤੁਰਦਿਆਂ ਕਸ਼ਮੀਰੇ ਸਾਨੂੰ ਨਾ ਦੁੱਖ ਆਵੇ। ਮਟਕ ਹਲੋਰਾ ਛੋ ਤੇਰੀ ਦਾ ਜੋ ਰੂਹ ਸਾਡੀ ਲੀਤਾ, ਖੇੜੇ ਵਾਲੀ ਮਸਤੀ ਦੇ ਰਿਹਾ ਨਾਲ ਨਾਲ ਪਿਆ ਜਾਵੇ। ਸੱਚਮੁੱਚ ਜਿਹੜਾ ਖੇੜਾ, ਜਿਹੜੀਆਂ ਖੁਸ਼ੀਆਂ, ਜਿਹੜਾ ਕੁਦਰਤ ਦਾ ਆਨੰਦ ਇੱਥੇ ਮਾਣਿਆ ਉਹ ਨਾਲ ਹੈ, ਉਹ ਸਦੀਵੀ ਹੈ, ਉਹ ਮਨਾਂ ਵਿੱਚ ਤਾਜ਼ਾ ਹੈ ਅਤੇ ਫਿਰ ਮਿਲਣ ਦਾ ਵਾਅਦਾ ਕਰਕੇ ਆਏ ਹਾਂ ਕਸ਼ਮੀਰ ਨਾਲ। ਕਸ਼ਮੀਰ ਨੂੰ ਫਿਰ ਮਿਲਾਂਗੇ, ਇੱਥੇ ਆਉਂਦੇ ਰਹਾਂਗੇ, ਕਿਉਂਕਿ ਇਹ ਧਰਤੀ ਸੱਚਮੁੱਚ ਕੁਦਰਤ ਦੁਆਰਾ ਸਾਜੀ ਹੋਈ ਉਹ ਧਰਤੀ ਹੈ ਜਿੱਥੇ ਸੁਹੱਪਣ ਦੀ ਕੁਦਰਤ ਨੇ ਇੱਕ ਮੁੱਠੀ ਸਿੱਟੀ, ਜਿਹਦੇ ਵਿੱਚ ਪਹਾੜ ਵੀ ਸੀ, ਘਾਟੀਆਂ ਵੀ ਸੀ, ਵਾਦੀਆਂ ਵੀ ਸੀ, ਦਰਿਆ ਵੀ ਸੀ, ਝੀਲਾਂ ਵੀ ਸੀ, ਅਤੇ ਸੱਚਮੁੱਚ ਬੜਾ ਮਜ਼ੇਦਾਰ ਹੈ। ਸੋ ਬਾਏ ਬਾਏ ਕਸ਼ਮੀਰ, ਫਿਰ ਮਿਲਾਂਗੇ।